ਦੇਖੋ ਮਜ਼ੇਦਾਰ ਗੱਲ ਇਹ ਹੈ ਕਿ ਮੇਰਾ ਖਿਆਲ ਹੈ ਇੱਕ ਵਾਰ ਸਾਡਾ ਜਦੋਂ ਬਚਪਨਾ ਲੰਘ ਜਾਂਦਾ ਫਿਰ ਲਈ ਹੋਣਾ ਜਿਹੜਾ ਕਵੇ ਕਿ ਮੈਨੂੰ ਤਣਾਅ ਨਹੀਂ ਹੈ, ਤਾਂ ਹਾਂਜੀ ਉਹ ਉਹੀ ਹੋਏਗਾ ਜਿਹੜਾ ਦੂਸਰਾ ਜਣਾ ਸਗੋਂ ਉਹਦੇ ਵਿੱਚ ਨਹੀਂ ਲੱਭ ਸਕ ਰਿਹਾ ਕਿ ਭਾਈ ਇਹ ਤਣਾਅ ਅਧੀਨ ਹੈ, ਤੇ ਸਾਡੀ ਤਾਂ ਮੁਸੀਬਤ ਇਹ ਹੈ ਕਿ ਅਸੀਂ ਵੱਡੀ ਗਿਣਤੀ ਸਾਡੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਤਣਾਅ, ਹੋਰ ਤਾਂ ਤੁਸੀਂ ਹੈਰਾਨ ਹੋਗੇ ਕਿ ਸਿਰਫ ਆਪਣੇ ਕੰਮ ਕਾਰ ਦਾ ਹੀ ਕਿ ਮੈਂ ਜੀ ਅੱਗੋਂ ਪਾਸ ਹੋ ਸਕਾਂਗਾ ਕਿ ਨਹੀਂ, ਤੇ ਮਾਪੇ ਕਹਿੰਦੇ ਕਾਕਾ ਜੀ ਰੇੜੀ ਲਾਓਗੇ ਜੇ ਨਾ ਤੁਸੀਂ ਪਾਸ ਕੀਤਾ, ਸੋ ਉਹ ਹਾਂਜੀ ਅਸੀਂ ਤਣਾਅ ਦਿੰਨੇ ਆ ਉਹ ਬਚਪਨ ਦੀ ਉਮਰ ਜਿੱਥੇ ਤਣਾਅ ਨਹੀਂ ਹੁੰਦਾ, ਅਸੀਂ ਉਸ ਦੇ ਵਿੱਚ ਵੀ ਆਪਣਾ ਤਣਾਅ ਉਹਨਾਂ ਦੇ ਸਿਰ ਉੱਤੇ ਥੋਪ ਦਿੰਨੇ ਆ ਕਿ ਮੇਰੇ ਟੀਚਰ ਨੇ, ਮੇਰੇ ਬੌਸ ਨੇ ਮੈਨੂੰ ਆ ਚੀਜ਼ ਕਹੀ, ਉਹ ਸਾਰਾ ਗੁੱਸਾ ਪਹਿਲਾਂ ਤਾਂ ਅਸੀਂ ਆਪਣੀ ਔਰਤ ਤੇ ਕੱਢਦੇ ਆ ਘਰ ਆ ਕੇ ਕਿ ਤੂੰ ਕਿਵੇਂ ਇਸ ਤਰ੍ਹਾਂ ਹੋ ਗਿਆ, ਯਾਨੀ ਨਿੱਕੀ ਨਿੱਕੀ ਗੱਲ ਤੇ ਖਿੱਝ ਕੇ, ਤੇ ਸਭ ਤੋਂ ਵੱਧ ਫਿਰ ਮਾਰ ਪੈਂਦੀ ਜੇ ਉਹ ਬੱਚੇ ਤੇ, ਜਿਹਨੇ ਵਿਚਾਰਾ ਆਪਣਾ ਲੈ ਕੇ ਦਿਲ ਅਜੇ ਫਰੋਲਣਾ ਹੁੰਦਾ, ਮੈਂ ਅੱਜ ਆਹ ਕੀਤਾ, ਅੱਜ ਮੈਨੂੰ ਇਸ ਤਰ੍ਹਾਂ ਸ਼ਾਬਾਸ਼ ਮਿਲੀ, ਉਹ ਤਾਂ ਵਿਚਾਰਾ ਕਿਤੇ ਹੀ ਰਹਿ ਗਿਆ, ਉਹਨੂੰ ਬਿਲਕੁਲ ਹੋਰ ਤੂੰ ਫੇਰ ਉੱਠਿਆ ਫਿਰਦਾ, ਤੂੰ ਫੇਰ ਨਹੀਂ ਬੈਠਿਆ ਪੜ੍ਹਨ ਲਈ, ਕਿੰਨੇ ਘੰਟੇ ਬੈਠਿਆ, ਕਿਹੜਾ ਪੇਜ ਹੈ ਪਰਤਿਆ ਕਿ ਨਹੀਂ, ਯਾਨੀ ਅਸੀਂ ਉਸ ਨੂੰ ਬੇਲੋੜਾ ਤਣਾਅ ਆਪ ਦਿੰਨੇ ਆ, ਫਿਰ ਉਹਦੇ ਜੀ ਲੱਛਣ ਸਾਨੂੰ ਪਤਾ ਨਹੀਂ, ਨਤੀਜੇ ਵਜੋਂ ਸਾਡੀ ਦਿਨੋ ਦਿਨ ਵੱਧਦੇ ਸਾਡੀਆਂ ਖੁਦਕੁਸ਼ੀਆਂ ਬੱਚਿਆਂ ਦੀਆਂ, ਤੇ ਬਿਲਕੁਲ ਦਿਨੋ ਦਿਨ ਜਿਹੜੀਆਂ ਜਵਾਨ ਮੌਤਾਂ, ਫਿਰ ਅਸੀਂ ਕਹਿੰਦੇ ਆ ਸਾਰਾ ਕੁਝ ਠੀਕ ਠਾਕ, ਕੋਈ ਬਿਮਾਰੀ ਨਹੀਂ, ਹੱਟਾ ਕੱਟਾ 40 ਵਰਿਆਂ ਦਾ ਨਾ ਸ਼ਰਾਬ ਪੀਤੀ ਨਾ ਸਿਗਰਟ ਪੀਤੀ, ਨਾ ਕਿਤੇ ਕੋਈ ਬਾਹਰ ਵਕਤ ਸਿਰ ਸੌਂਦਾ, ਸਭ ਕੁਝ ਕਰ ਰਿਹਾ ਤੇ ਸੁੱਤਾ ਹੀ ਰਹਿ ਗਿਆ, ਸੁੱਤਾ ਹੀ ਭਾਈ ਰਹਿ ਉਹ ਗਿਆ। ਤੁਸੀਂ ਹਾਂ ਤਣਾਓ ਖਾ ਗਿਆ, ਉਹ ਸਾਨੂੰ ਕਿਤੇ ਇਸ ਦਾ ਅੰਦਾਜ਼ਾ ਹੀ ਨਹੀਂ ਰਹਿੰਦਾ ਕਿ ਇਹਦਾ ਡਾਕਟਰ ਅਸੀਂ ਸਾਹਿਬ ਇਹ ਮਤਲਬ ਇਹ ਹੈ ਕਿ ਅਸੀਂ ਮਤਲਬ ਸਰੀਰ ਨੂੰ ਸਮਝਦੇ ਹਾਂ ਪਰ ਅਸੀਂ ਮਨ ਨੂੰ ਕੁਝ ਸਮਝਦੇ ਨਹੀਂ। ਮੈਨੂੰ ਲੱਗਦਾ ਮਨ ਦੀ ਖੇਡ ਹੈ ਜਿਹੜੀ, ਉਹਨੂੰ ਨਹੀਂ ਸਮਝਦੇ ਕਿ ਮਨ ਵੀ ਇੱਕ ਬਹੁਤ ਅਹਿਮ ਹਿੱਸਾ ਹੈ, ਉਹਦੇ ਤੇ ਬਿਲਕੁਲ ਅਸੀਂ ਜ਼ਖਮ ਦਿੰਨੇ ਆ। ਬਿਲਕੁਲ, ਕਿਉਂਕਿ ਦੇਖੋ ਨਾ ਸਾਰੇ ਹਾਰਮੋਨ ਜੋ ਨਿਕਲਨੇ ਨੇ ਸਭ ਕੁਝ ਜਿਸਨੇ ਸਾਨੂੰ ਸਾਂਭਣਾ ਹੈ ਉਹ ਸਿਰ ਹੀ ਤਾਂ ਹੈ, ਦਿਮਾਗ ਦੇ ਵਿੱਚ ਹੀ ਤਾਂ ਸਾਰਾ ਕੁਝ ਚਿੰਬੜਿਆ ਪਿਆ, ਤੇ ਜੀ ਉਹੀ ਚੀਜ਼ ਅਸੀਂ ਬਿਲਕੁਲ ਨਕਾਰਾ ਸਮਝ ਲੈਂਦੇ ਆ, ਪਾਸੇ ਰੱਖ ਲੈਂਦੇ ਆ, ਤੇ ਫਿਰ ਨੈਚਰਲੀ ਜਦੋਂ ਅਸੀਂ ਸਭ ਕੁਝ ਅੰਦਰ ਹੀ ਵਾੜੀ ਜਾਣਾ, ਬਾਹਰ ਦਾ ਨਿਕਾਸੀ ਦਾ ਕੋਈ ਰਾਹ ਹੀ ਨਹੀਂ ਛੱਡਿਆ, ਤਾਂ ਫਿਰ ਤੁਸੀਂ ਸਮਝ ਹੀ ਸਕਦੇ ਹੋ ਬਿਲਕੁਲ। ਤੇ ਉਹ ਉੱਤੇ ਡਾਕਟਰ ਸਾਹਿਬ ਕਿਵੇਂ ਪਛਾਣ ਕਿਵੇਂ ਹੁੰਦੀ ਹੈ ਇਸ ਬਿਮਾਰੀ ਦੀ, ਕਿਉਂਕਿ ਆਮ ਤੌਰ ਤੇ ਤਾਂ ਸਮਝਦੇ ਨਹੀਂ ਆਪਾਂ ਲੋਕ। ਮੈਨੂੰ ਲੱਗਦਾ ਪੰਜਾਬ ਜਾਂ ਭਾਰਤ ਦੀ ਗੱਲ ਕਰ ਲਈਏ, ਲੋਕਾਂ ਨੂੰ ਦਹਾਕਿਆਂ ਤੱਕ ਤਾਂ ਪਤਾ ਹੀ ਨਹੀਂ ਸੀ ਕਿ ਮਾਨਸਿਕ ਰੋਗ ਵੀ ਕੋਈ ਹੁੰਦਾ। ਹੁਣ ਸ਼ਾਇਦ ਥੋੜੀ ਜੀ ਆਈ ਹੈ ਸਮਝ। ਬਿਲਕੁਲ, ਜਦੋਂ ਕਿਸੇ ਨੂੰ ਕਹਿੰਦੇ ਸੀ ਨਾ ਸਾਈਕੈਟ੍ਰਿਸਟ ਵੱਲ ਤੁਸੀਂ ਜਾਓ, ਹੁਣ ਤੁਸੀਂ ਹੱਸੋਗੇ ਜੇ ਮੈਂ ਪੁੱਛਾਂ ਸਾਡੇ ਵੇਲੇ ਜਦੋਂ ਅਸੀਂ ਡਾਕਟਰ ਬਣ ਕੇ ਨਿਕਲੇ ਸਾਂ, ਮੈਂ 30 ਸਾਲ ਪੁਰਾਣੀ ਗੱਲ ਕਰ ਰਹੀ ਹਾਂ, ਹਾਂਜੀ ਤਾਂ ਉਦੋਂ ਕੋਈ ਇਹ ਲੈਂਦਾ ਹੀ ਨਹੀਂ ਸੀ ਹੁੰਦਾ ਇਸ ਪਾਸੇ ਦਾ ਕੋਈ ਸਪੈਸ਼ਲਾਈਜੇਸ਼ਨ ਕਿ ਸਾਈਕੈਟਰੀ ਕਰਨੀ ਹੈ, ਛੱਡੋ ਪਾਗਲਾਂ ਦਾ ਡਾਕਟਰ, ਕਿਉਂਕਿ ਲੋਕ ਆਂਦੇ ਹੀ ਨਹੀਂ ਸੀ ਹੁੰਦੇ ਕਿ ਉਸ ਪਾਸੇ ਸਿਰਫ ਉਸੇ ਨੇ ਜਾਣਾ ਜੋ ਵਾਕਈ ਅਸਲ ਪਾਗਲ ਬਣ ਚੁੱਕਿਆ ਹੋਏ, ਯਾਨੀ ਉਸ ਤੋਂ ਪਹਿਲਾਂ ਜਾਣ ਦੀ ਲੋੜ ਨਹੀਂ। ਵਿਕਸਿਤ ਬਿਲਕੁਲ ਮੁਲਕਾਂ ਵਿੱਚ ਸਭ ਤੋਂ ਵੱਧ ਲੋਕ ਸਾਈਕੈਟ੍ਰਿਸਟ ਬਣਦੇ ਨੇ ਤੇ ਸਭ ਤੋਂ ਅਮੀਰ ਵੀ ਉਹੀ ਨੇ, ਕਿਉਂਕਿ ਉੱਥੇ ਹਰ ਬੰਦਾ ਹੀ ਉਹਨੂੰ ਲੱਗਦਾ ਵੀ ਮਾੜਾ ਜਿਹਾ ਵੀ ਸਟ੍ਰੈਸ ਹੋਇਆ ਮੈਂ ਪਹਿਲਾਂ ਜਾ ਕੇ ਆਪਣਾ ਤਣਾਅ ਠੀਕ ਕਰਕੇ ਆਵਾਂ ਫਿਰ ਹੋਏਗਾ। ਸੋ ਬਿਲਕੁਲ ਯਾਨੀ ਸਾਨੂੰ ਸਮਝਣ ਦੀ ਲੋੜ ਹੈ ਕਿ ਹਰ ਤਣਾਅ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਸਿਰਫ ਜੀ, ਉਹਨੂੰ ਅਸੀਂ ਮੈਨੇਜ ਕਰ ਸਕੀਏ ਤਾਂ ਆਪਾਂ ਉੱਥੋਂ ਠੀਕ ਹੋ ਸਕਦੇ ਹਾਂ। ਤੁਸੀਂ ਦੇਖੋ ਮੇਰਾ ਖਿਆਲ ਕੈਨੇਡਾ ਵਰਗੇ ਮੁਲਕ ਦੇ ਵਿੱਚ ਸਰਕਾਰਾਂ ਆਪਣੇ ਜਿਹੜੇ ਚੋਣ ਮੁੱਦਿਆਂ ਦੇ ਵਿੱਚ ਮਾਨਸਿਕ ਰੋਗਾਂ ਦਾ ਮੁੱਦਾ ਰੱਖਦੀਆਂ ਨੇ, ਇਹ ਕਿੱਡੀ ਵੱਡੀ ਗੱਲ ਹੈਗੀ ਹੈ। ਬਿਲਕੁਲ ਬਿਲਕੁਲ, ਤੇ ਅਸੀਂ ਤਾਂ ਇਸ ਗੱਲ ਨੂੰ ਯਾਨੀ ਸਿਰਫ ਹੱਸ ਕੇ ਟਾਲ ਦਿੰਨੇ ਆ, ਜੇ ਬੱਚਾ ਕਹਿੰਦਾ ਵੀ ਹੈ ਨਾ ਆਮ ਫੀਲਿੰਗ ਡਿਪਰੈਸਡ, ਕੋਈ ਗੱਲ ਵੀ ਇੰਜ ਦੀ ਕਹਿ ਦਵੇ ਵੀ ਮੈਨੂੰ ਹਾਂਜੀ ਤਾਂ ਇਸ ਵੇਲੇ ਜਾਂਦੀ ਕਲਾ ਜੀ ਮਹਿਸੂਸ ਹੋ ਰਹੀ ਹੈ, ਚਲੋ ਉੱਠ ਜਾ
ਭਾਂਡੇ ਲੈ ਕੇ ਆ, ਚੱਲ ਕਰ ਕੰਮ ਕਰ, ਚੱਲ ਲਿਆ ਫਟਾਫਟ, ਯਾਨੀ ਉਹਨੂੰ ਅਸੀਂ ਇੱਕ ਗੱਲ ਹੀ ਨਹੀਂ ਕਰਨੀ ਵੀ ਕੀ ਹਾਂ ਹੋਇਆ। ਅਣਦੇਖਾ ਕਰਦੇ, ਚੀਜ਼ ਹੀ ਨਹੀਂ ਹੈ, ਹੱਦ ਹੀ ਹੋ ਗਈ, ਯਾਨੀ ਅਸੀਂ ਉਹਨੂੰ ਬਿਮਾਰੀ ਗਿਣਨੀ ਛੱਡ ਦਿੱਤੀ ਹੈ, ਵੀ ਨਹੀਂ ਜੀ ਇਹਦਾ ਜਵਾਬ ਇਹੀ ਹੈ ਵੀ ਝਿੜਕ ਲਓ ਤਾਂ ਅੱਗੋਂ ਫਿਰ ਅਗਲਾ ਕੰਮ ਤੁਰ ਪਓ, ਯਾਨੀ ਉਹਨੂੰ ਦਬਾਈ ਰੱਖਦੇ ਹਾਂ ਤਾਂ ਕਿ ਉਹ ਖੁਦਕੁਸ਼ੀ ਤੱਕ ਚਲਾ ਜਾਏ। ਬਿਲਕੁਲ ਇਹੀ ਕਾਰਨ ਇੱਕ ਸ਼ਾਇਦ ਮੇਜਰ ਜੇ ਨਹੀਂ ਲੋਕਾਂ ਨੂੰ ਸਮਝ ਆ ਰਹੀ ਕਿ ਬੱਚੇ ਜਦੋਂ ਨਸ਼ੇ ਵੱਲ ਜਾਂਦੇ ਨੇ, ਜੀ ਕ੍ਰਾਈਮ ਵੱਲ ਜਾਂਦੇ ਨੇ, ਉਹ ਅੱਤ ਹੋ ਚੁੱਕੀ ਹੁੰਦੀ ਹੈ ਦਿਮਾਗ ਦੇ ਅੰਦਰ ਸੁਣ ਸੁਣ ਕੇ ਵੀ ਬਸ ਹੁਣ ਹੋਰ ਨਹੀਂ, ਤੇ ਜਾਂ ਤਾਂ ਮੈਂ ਮਰ ਜਾਵਾਂ ਜਾਂ ਫਿਰ ਮੈਂ ਨਸ਼ਾ ਕਰਾਂ ਥੋੜੀ ਦੇਰੇ, ਮੇਰੇ ਪਾਸਾ ਇੱਥੋਂ ਤਣਾਅ ਥੋੜਾ ਘਟੂਗਾ। ਠੰਡ ਪੈ ਜਾਵੇ, ਨਹੀਂ ਫਿਰ ਮੈਂ ਉਹ ਸਿਰਾ ਹੀ ਲਾ ਦਿੰਦਾ ਵੀ ਹੁਣ ਮੈਂ ਐਕਸਟ੍ਰੀਮ ਤੇ ਚਲਾ ਗਿਆ, ਲਓ ਜੀ ਹੁਣ ਮੈਂ ਜੁਰਮ ਵੱਲ ਹੀ ਜਾਣਾ ਫਿਰ। ਬਿਲਕੁਲ, ਬੜੀ ਮਾੜੀ ਗੱਲ ਹੈ। ਹੁਣ ਦੇਖੋ ਲੱਛਣ ਇੰਨੇ ਫਾਈਨ ਜੇ ਨੇ ਕਿ ਤੁਸੀਂ ਹੈਰਾਨ ਹੋਗੇ ਜਦੋਂ ਮੈਂ ਦੱਸਾਂਗੀ। ਹਾਂਜੀ। ਹਲਕੀ ਸਿਰ ਪੀੜ ਰਹਿਣੀ, ਅੱਛਾ। ਵਾਲ ਝੜਨ ਲੱਗ ਜਾਣੇ, ਤੁਹਾਡੇ ਚਿਹਰੇ ਦੀ ਹੌਲੀ ਹੌਲੀ ਰੌਣਕ ਚਲੀ ਜਾਣੀ, ਚਮੜੀ ਦੀ ਲਚਕ ਘਟ ਜਾਣੀ, ਥਕਾਵਟ ਸ਼ਾਮ ਵੇਲੇ ਆ ਕੇ ਕੰਮ ਤੋਂ ਆ ਕੇ ਥੱਕਿਆ ਜਿਹਾ ਮਹਿਸੂਸ ਕਰਨਾ, ਬਸ ਬਈ ਹੁਣ ਹਿੰਮਤ ਨਹੀਂ, ਪੈ ਜਾਈਏ ਮੰਜਾ ਦਿਓ, ਫਿਰ ਤੁਹਾਨੂੰ ਸਿੰਪਲ ਜੀ ਗੱਲ ਕੇ ਗੋਡਿਆਂ 'ਚ ਹਲਕੀ ਹਲਕੀ ਦਰਦ, ਪਿੱਠ ਦਰਦ ਰਹਿੰਦੀ ਹੈ, ਬਦਨ ਦਰਦ ਹੋਣੀ ਸ਼ੁਰੂ ਹੋ ਗਈ ਹੈ, ਜੀ ਯਾਨੀ ਇਹੋ ਜੀਆਂ ਸਿੰਪਲ ਜੀਆਂ ਚੀਜ਼ਾਂ ਹੀ ਜਿਹੜੀਆਂ ਸਾਨੂੰ ਸ਼ਾਇਦ ਪਤਾ ਹੀ ਨਹੀਂ ਲੱਗਦਾ ਵੀ ਕੀ ਹਲਕੀ ਜੀ ਖਿਝ ਆ ਜਾਣੀ ਨਿੱਕੀ ਨਿੱਕੀ ਗੱਲ ਤੇ, ਉਹ ਪਰਾਂ ਵੀ ਕਰਨਾ ਕਿਉਂ ਤੰਗ ਕਰ ਰਹੇ ਹਾਂ, ਯਾਨੀ ਕਹਿਣਾ ਸਾਨੂੰ ਨਹੀਂ ਪਤਾ ਹੈ ਅੰਦਰਲੀ ਖਿਝ ਜੇ ਜਿਹੜੀ ਇਹ ਨਿਕਲ ਰਹੀ ਹੈ ਉਹਨੂੰ ਅਸੀਂ ਯਾਨੀ ਬੇਗੌਰਾ ਕਰਦੇ ਹਾਂ। ਸੋ ਇਹੋ ਜਿਹੀਆਂ ਨਿੱਕੇ ਨਿੱਕੇ ਕਈ ਲੱਛਣ ਨੇ ਜੀ ਜਿਹੜੇ ਅਸੀਂ, ਸਾਨੂੰ ਪਤਾ ਹੀ ਨਹੀਂ ਕਿ ਅਸੀਂ ਤਣਾਅ ਅਧੀਨ ਆ ਚੁੱਕੇ ਹਾਂ, ਸਾਨੂੰ ਨੀਂਦਰ ਰਾਤ ਨੂੰ ਇੱਕਦਮ ਜਾਗ ਜਾਣਾ, ਨੀਂਦਰ ਨਾ ਆਣੀ, ਲੇਟ ਨੀਂਦਰ ਆਣੀ, ਹਾਂਜੀ ਸਵੇਰੇ ਥੱਕੇ ਉੱਠਣਾ, ਇਹ ਚੀਜ਼ਾਂ, ਸਿਰ ਭਾਰਾ ਹੋਣਾ, ਫਿਰ ਸਾਨੂੰ ਵੀ ਆ ਜੀ ਦਿਨੇ ਥਕਾਵਟ ਸੀ ਕਾਫੀ ਪੀ ਲਈ, ਚਾਹ ਪੀ ਲਈ, ਯਾਨੀ ਉਹ ਚੀਜ਼ਾਂ ਅਸੀਂ, ਸਾਨੂੰ ਨਹੀਂ ਪਤਾ ਕਿ ਤਣਾਅ ਸੀ, ਉਹਦਾ ਕੰਮ ਸੀ ਕਿ ਅਸੀਂ ਉਸ ਵੇਲੇ ਚਾਹ ਨਹੀਂ, ਬਾਹਰ ਖੂਬਸੂਰਤ ਜਿਹਾ ਵਧੀਆ ਜਿਹਾ ਕੋਈ ਮਿਊਜ਼ਿਕ ਸੁਣਦੇ ਆ, ਅਸੀਂ 20 ਮਿੰਟ ਟਹਿਲ ਕੇ ਆ ਗਏ ਤਾਂ ਉਹ ਤਣਾਅ ਠੀਕ ਹੈ, ਤੁਹਾਨੂੰ ਚਾਹ ਕਾਫੀ ਤੋਂ ਬਗੈਰ ਵੀ ਠੀਕ ਸੀ, ਪਰ ਜੀ ਉਹ ਤਣਾਅ ਅੰਦਰ ਹੀ ਰੱਖ ਕੇ ਉਹਦੇ ਉੱਤੇ ਹੋਰ ਚਾਹ ਹੋਰ ਕਾਫੀ, ਉਹ ਫਿਰ ਸ਼ਾਮ ਨੂੰ ਅਸੀਂ ਬਹੁਤ ਥੱਕ ਗਏ ਭਾਈ, ਰਿਲੈਕਸ ਕਰਨਾ ਸੀ, ਸ਼ਰਾਬ ਪੀਣੀ ਹੈ, ਉਹ ਸਾਰਾ ਤਣਾਅ ਨਿਕਲਿਆ ਨਹੀਂ, ਉਹ ਜਮਾ ਹੋਇਆ ਜੀ। ਅੰਦਰ ਹੀ ਦਬ ਲਿਆ ਜੀ। ਸੋ ਇਹੀ ਨੇ ਨਿੱਕੇ ਨਿੱਕੇ ਕਾਰਨ, ਫਿਰ ਚਾਬੀ ਰੱਖੀ ਸੀ ਖੋਰੇ ਕਿੱਥੇ ਗਈ, ਭੁੱਲ ਗਈ, ਉਹ ਨਾ ਨਹੀਂ ਚੇਤੇ ਆ ਰਿਹਾ ਕੀ ਸੀ, ਯਾਨੀ ਇਹ ਤੁਹਾਡੇ ਸਿੰਪਟਮ ਨੇ, ਲੱਛਣ ਨੇ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ, ਤੁਹਾਨੂੰ ਤਣਾਅ ਖਾਣ ਲੱਗ ਗਿਆ ਜੇ, ਜੀ, ਮਤਲਬ ਵੇਟ ਭੁੱਲਣ ਦੀ ਵਧਣ, ਬਿਮਾਰੀ ਵੀ ਜੇ ਹੋ ਰਹੀ ਹੈ ਤਾਂ ਤਣਾਓ ਹੈ। ਬਿਲਕੁਲ ਤੁਹਾਡਾ ਭਾਰ ਵਧਣ ਲੱਗ ਗਿਆ, ਫਿਰ ਉਹੀ ਤਣਾਅ ਵੀ ਖਾਂਦੇ ਪੀਂਦੇ ਤਾਂ ਹੈ ਹੀ ਨਹੀਂ ਕੁਛ, ਪਰ ਫਿਰ ਵੀ ਉਹ ਚੀਜ਼ ਹੋ ਰਹੀ ਹੈ, ਹਾਂਜੀ ਇਹ ਤਣਾਅ ਦੇ ਲੱਛਣ ਨੇ ਜਿਹਨੇ ਤੁਹਾਨੂੰ ਹੌਲੀ ਹੌਲੀ ਅੱਗੋਂ ਫੜਨਾ ਜੇ, ਜਕੜਨਾ ਜੇ, ਜੋੜਾਂ ਦੀ ਦਰਦ, ਅਲਰਜੀਜ਼, ਫਿਰ ਉਸ ਤੋਂ ਬਾਅਦ ਕੰਨਾਂ 'ਚ ਘੰਟੀਆਂ ਵੱਜਣੀਆਂ ਸ਼ੁਰੂ ਹੋ ਜਾਣੀਆਂ, ਫਿਰ ਤੁਸੀਂ ਅੱਗੋਂ ਚੱਲ ਸੋ ਚੱਲ ਵੀ ਮੇਰੇ ਹੁਣ ਡਾਇਬਟੀਜ਼ ਵੀ ਹੋ ਗਈ, ਹਾਈਪਰਟੈਂਸ਼ਨ ਵੀ ਹੋ ਗਈ, ਮੇਰੇ ਹੁਣ ਐਥਰੋਸਕਲੇਰੋਸਿਸ ਹੋ ਗਈ, ਸੈੱਲ ਡੈਥ ਛੇਤੀ ਸ਼ੁਰੂ ਹੋ ਗਈ, ਜੀ ਕੈਂਸਰ ਹੋ ਗਿਆ, ਯਾਨੀ ਉਹ ਚੱਲ ਸੋ ਚੱਲ ਜੇ ਸਾਰਾ ਕੰਮ ਸਿਰਫ ਇਹ ਕਿ ਅਸੀਂ ਤਣਾਅ ਦੇ ਪਹਿਲੇ ਸ਼ੁਰੂਆਤੀ ਲੱਛਣ ਪਛਾਣੇ ਨਹੀਂ ਤੇ ਫਿਰ ਅਸੀਂ ਇਸ ਹਾਲ ਤੇ ਪਹੁੰਚ ਚੁੱਕੇ ਆ। ਜੀ, ਡਾਕਟਰ ਸਾਹਿਬ, ਸੋ ਇਹ ਸਾਰੇ ਲੱਛਣ ਨੇ, ਸੋ ਕਿਵੇਂ ਫਿਰ ਮਤਲਬ ਇਹਨਾਂ ਨੂੰ ਓਵਰਕਮ ਕਿਵੇਂ ਕੀਤਾ ਜਾਵੇ? ਜਿਵੇਂ ਤੁਸੀਂ ਵਿੱਚ ਵਿੱਚ ਦੱਸਿਆ ਹੀ ਹੈ ਕਿ ਹਾਂ ਤੁਸੀਂ ਟਹਿਲ ਟਹਿਲ ਕੇ ਥੋੜਾ ਆਓਗੇ ਤਾਂ ਤੁਸੀਂ ਵੈਸੇ ਠੀਕ ਹੋ ਜਾਣਾ ਹੈ, ਤੁਸੀਂ ਆਪਣਾ ਚਾਹਵਾਂ ਪੀਂਦੇ ਹੋ, ਕੌਫੀਆਂ ਪੀਂਦੇ ਹੋ, ਤੇ ਫਿਰ ਇਹਨਾਂ ਤੋਂ ਬਚਿਆ ਕਿਵੇਂ ਜਾਵੇ ਕਿ ਐਕਸਟ੍ਰੀਮ ਲੈਵਲ ਤੱਕ ਬੰਦਾ ਪਹੁੰਚੇ ਨਾ, ਉਹਨੂੰ ਹੋਰ ਬਿਮਾਰੀਆਂ ਨਾਲ ਜਕੜਨ, ਉਹ ਮੌਤ ਦੇ ਮੂੰਹ ਵੱਲ ਨਾ ਜਾਵੇ? ਜੀ ਦੇਖੋ, ਸਭ ਤੋਂ ਪਹਿਲੀ ਅਹਿਮ ਗੱਲ, ਕਿਉਂਕਿ ਅੱਜ ਕੱਲ ਬਹੁਤ ਸਾਰੇ ਹੀ ਲਗਭਗ
ਕੰਮ ਦੇ ਵਿੱਚ ਜੁਟੇ ਨੇ, ਭਾਵੇਂ ਘਰ ਸਾਡੀ ਮਾਂ ਬੈਠੀ ਏ ਜਾਂ ਜੀ ਕੋਈ ਘਰੇਲੂ ਔਰਤ ਵੀ ਏ, ਤੇ ਉਹਨੇ ਡੀਲ ਕਰਨਾ ਘਰ ਦੇ ਵਿੱਚ ਹੀ, ਜੋ ਕੰਮ ਲਈ ਮਾਈ ਆਈ ਜਾਂ ਕੋਈ ਘਰ ਦੇ ਵਿੱਚ ਕੋਈ ਮਿਸਤਰੀ ਲੱਗਿਆ ਜਾਂ ਹਰ ਇੱਕ ਜਣੇ ਨਾਲ, ਯਾਨੀ ਕੰਮ ਜੀ ਦੇ ਜੀ ਮਾਹੌਲ ਦੇ ਵਿੱਚ ਤੀ ਕਿਸ ਤਰੀਕੇ ਦੇ, ਕਿਸ ਤਰ੍ਹਾਂ ਵਿਚਰਨਾ, ਵਿਹਾਰ ਕਿਸ ਤਰੀਕੇ ਦਾ ਰੱਖਣਾ, ਕਿਵੇਂ ਦਾ ਮਾਹੌਲ ਸਿਰਜਣਾ, ਉਹ ਬਹੁਤ ਅਹਿਮ ਜੇ, ਜਿਹਨੂੰ ਅਸੀਂ ਪਹਿਲਾਂ ਤਾਂ ਸਮਝਦੇ ਹੀ ਨਹੀਂ ਕਿ ਇਹ ਵੀ ਸਾਨੂੰ ਤਣਾਅ ਦੇ ਸਕਦਾ। ਯਾਨੀ ਆਫਿਸ ਦੇ ਕੰਮਕਾਰ ਹੀ ਨਹੀਂ, ਜਾਂ ਤੁਸੀਂ ਬਿਜ਼ਨਸ ਦੇ ਵਿੱਚੋਂ ਉਹੀ ਕੰਮਕਾਰ ਹੀ ਨਹੀਂ, ਬਲਕਿ ਇਹ ਘਰ ਵਿੱਚ ਬੈਠੇ ਵੀ ਜਿਹੜੇ ਕੰਮਕਾਰ ਹੋਰ ਚੱਲਦਿਆਂ ਵਿੱਚ ਤਣਾਅ ਸਾਨੂੰ ਜਕੜ ਸਕਦਾ। ਸੋ ਅਹਿਮ ਗੱਲ ਏ, ਜਿਨ੍ਹਾਂ ਨਾਲ ਕੰਮ ਅਸੀਂ ਕਰ ਰਹੇ ਹਾਂ, ਵੀ ਜੀ ਉਹਨਾਂ ਨਾਲ ਸਾਡੀ ਸਾਂਝ, ਸਾਡਾ ਰਿਲੇਸ਼ਨਸ਼ਿਪ ਉਸੇ ਤਰ੍ਹਾਂ ਦਾ ਹੈ ਵਧੀਆ ਜਾਂ ਨਹੀਂ ਹੈ, ਅਸੀਂ ਉਹ ਸਟ੍ਰੈਸ ਡੀਲ ਕਰ ਸਕਣ ਜੋਗੇ ਹਾਂ ਜਾਂ ਨਹੀਂ। ਸੋ ਜੀ ਪਹਿਲੀ ਅਹਿਮ ਗੱਲ ਇਹ ਜੇ, ਜਿਹੜੀ ਹਰ ਬੱਚੇ ਦੀ ਕਿਸ ਪਾਸੇ ਵੱਲ ਨੂੰ ਉਹਦਾ ਰੁਝਾਨ ਏ, ਕਿੱਧਰ ਉਹ ਜਾਣਾ ਚਾਹੁੰਦਾ ਹੈ, ਉਸ ਪਾਸੇ ਦੀ ਹੱਲਾਸ਼ੇਰੀ ਮਿਲ ਰਹੀ ਹੈ ਜਾਂ ਨਹੀਂ। ਤੇ ਜੀ ਦੂਜੀ ਚੀਜ਼ ਹੁੰਦੀ ਹੈ ਫਾਈਨੈਂਸ਼ੀਅਲ ਇੰਡੀਪੈਂਡੈਂਸ, ਜਿਹੜੀ ਦੇਖੋ ਕਿ ਮੇਰੇ ਕੋਲ ਰਾਤ ਨੂੰ ਰੋਟੀ ਖਾਣ ਦਾ ਜੁਗਾੜ ਹੈ, ਮੈਨੂੰ ਦੱਸੋ ਕਿ ਇਹਦਾ ਸਟ੍ਰੈਸ ਤੁਸੀਂ ਕਿਵੇਂ ਘਟਾ ਸਕਦੇ ਹੋ। ਜਿਹੜਾ ਬੰਦਾ ਕਵੇ ਕਿ ਰਾਤ ਦੀ ਰੋਟੀ ਦਾ ਜੁਗਾੜ ਨਹੀਂ ਹੈ, ਜੀ ਫਿਰ 80% ਦੁਨੀਆ ਦੇ ਲੋਕ ਅਜਿਹੇ ਨੇ ਜਿਹੜੇ ਇਸ ਚੀਜ਼ ਲਈ ਚਿੰਤਿਤ ਨੇ, ਤਾਂ ਫਿਰ ਬਿਲਕੁਲ ਆਪਾਂ ਕਿੱਥੋਂ ਕਹੀਏ ਕਿ ਤਣਾਅ ਨਿਕਲ ਜਾਏ। ਯਾਨੀ ਤਣਾਅ ਸਿਰਫ ਉਸੇ ਨੂੰ ਨਹੀਂ ਹੈ ਕਿ ਮੈਂ ਗੱਡੀ ਹਾਂਜੀ ਲੈਣ ਜਾਣਾ ਤੇ ਮੈਂ 10 ਕਰੋੜ ਦੀ ਗੱਡੀ ਲੈਣੀ ਹੈ ਕਿ 6 ਕਰੋੜ ਦੀ, ਮੈਨੂੰ ਉਹਦੀ ਟੈਨਸ਼ਨ ਹੋਈ ਪਈ ਹੈ, ਉਹ ਟੈਨਸ਼ਨ ਨਹੀਂ, ਆ ਵੀ ਟੈਨਸ਼ਨ ਹੁੰਦੀ ਬਿਲਕੁਲ ਜੇ। ਢਿੱਡ ਭਰਨ ਦੀ ਜਦੋਂ ਲਾਲੇ ਬਿਲਕੁਲ ਪੈ ਜਾਣ। ਸੋ ਡਾਕਟਰ ਸਾਹਿਬ, ਇੱਕ ਮੈਂ ਜ਼ਰੂਰ ਜਾ ਚਾਹਾਂਗੀ ਕਿ 1 ਮਿੰਟ ਦੇ ਵਿੱਚ ਤੁਸੀਂ ਜ਼ਰੂਰ ਸੁਨੇਹਾ ਦਿਓ, ਕਿਉਂਕਿ ਅਸੀਂ ਬਹੁਤ ਇਗਨੋਰ ਕਰਦੇ ਹਾਂ ਇਸ ਚੀਜ਼ ਨੂੰ। ਜੇ ਕੋਈ ਗੱਲ ਕਰਨਾ ਚਾਹੁੰਦਾ ਹੈ ਤੁਹਾਡਾ, ਆਪਣਾ ਬੱਚਾ, ਤੁਹਾਡਾ ਮਤਲਬ ਦੋਸਤ ਮਿੱਤਰ, ਉਹਦੀ ਗੱਲ ਮੈਨੂੰ ਲੱਗਦਾ ਜ਼ਰੂਰ ਸੁਣਨੀ ਚਾਹੀਦੀ ਹੈ। ਅੱਧਾ ਤਣਾਅ ਤਾਂ ਉਹਦਾ ਇੱਦਾਂ ਹੀ ਘੱਟ ਜਾਂਦਾ, ਦੁੱਖ ਕਹਿੰਦੇ ਵੰਡਾਉਣ ਨਾਲ ਘੱਟ ਜਾਂਦਾ। ਸੋ ਜਿਹੜਾ ਅਸੀਂ ਇਗਨੋਰ ਕਰਦੇ ਹਾਂ, ਮਜ਼ਾਕ ਉਡਾਉਂਦੇ ਹਾਂ, ਡਿਪਰੈਸ਼ਨ, ਜੇ ਕੋਈ ਕਹਿ ਦੇ ਕਿ ਮੈਨੂੰ ਡਿਪਰੈਸ਼ਨ ਹੈ ਤਾਂ ਉਹਦਾ ਮਜ਼ਾਕ ਉਡਾਉਣ ਲੱਗ ਜਾਂਦੇ ਨੇ ਪਰਿਵਾਰ ਵਾਲੇ ਵੀ, ਦੋਸਤ ਮਿੱਤਰ ਵੀ, ਇੱਦਾਂ ਹੁੰਦਾ ਬਹੁਤ ਸਾਰੇ ਕੇਸਾਂ ਵਿੱਚ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਦੇਖੋ ਜਿਹੜਾ ਤਣਾਅ ਛੰਡਣ ਦੇ ਢੰਗ ਦੇ ਵਿੱਚ ਸਭ ਤੋਂ ਅਹਿਮ ਹੁੰਦਾ, ਜੇ ਤੁਹਾਡੀ ਫੈਮਿਲੀ ਤੇ ਫਰੈਂਡਸ ਦੋ ਚੀਜ਼ਾਂ, ਜੋ ਆਖਰੀ ਨੁਕਤਾ ਮੈਂ ਦੱਸਣਾ ਸੀ, ਜੀ ਉਹ ਇਹੋ ਜੇ ਕਿ ਆਪਣੀ ਟੱਬਰ ਦੇ ਵਿੱਚੋਂ ਖੁਸ਼ੀ ਪਾਲੋ। ਦੇਖੋ ਨਾ, ਇੱਕ ਬੱਚਾ ਤੁਹਾਨੂੰ ਦੋ ਨਿੱਛਾਂ ਮਾਰਦੇ ਦੇਖ ਕੇ ਖਿੜਖਿੜਾ ਕੇ ਲੋਟ ਪੋਟ ਹੋ ਕੇ ਕੁਰਸੀ ਤੋਂ ਥੱਲੇ ਤੱਕ ਡਿੱਗ ਜਾਂਦਾ, ਜੇ ਉਹਨੂੰ ਕੋਈ ਕਾਰਨ ਨਹੀਂ ਚਾਹੀਦਾ ਹੁੰਦਾ। ਹਾਂਜੀ ਤੇ ਤੁਸੀਂ ਆਪ ਦੇਖਿਓ, ਅਸੀਂ ਜਦੋਂ ਹੱਸਣ ਲੱਗੀਏ ਵੈਸੇ ਹੀ ਤਾਂ ਲੋਕ ਕਹਿੰਦੇ ਨੇ ਪਾਗਲ ਹੋ ਗਿਆ, ਯਾਨੀ ਕਿ ਹੱਸਣਾ ਭੁੱਲ ਗਏ ਆ। ਸੋ ਇੱਕ ਤਾਂ ਖਿੜਖਿੜਾ ਕੇ ਹੱਸਣਾ ਸ਼ੁਰੂ ਕਰੀਏ, ਉਹ ਤਣਾਅ ਜੀ ਕੱਢ ਦਿੰਦਾ ਜੇ, ਤੇ ਉਹ ਬਿਲਕੁਲ ਸਿਰਫ ਆਪਣੇ ਦੋਸਤਾਂ ਨਾਲ ਜਾਂ ਆਪਣੇ ਟੱਬਰ ਨਾਲ ਹੋ ਸਕਦਾ ਜੇ। ਸੋ ਅਸੀਂ ਕੁਝ ਚੀਜ਼ਾਂ ਇਗਨੋਰ ਕਰਨੀਆਂ ਵੀ ਸਿੱਖੀਏ, ਤੇ ਪਰ ਕੁਝ ਆਪਣੇ ਬੱਚਿਆਂ ਨਾਲ ਸਮਾਂ ਬਿਤਾਈਏ, ਉਹਨਾਂ ਨਾਲ ਕੁਝ ਸਾਂਝ ਗੰਢੀਏ, ਤਾਂ ਉਹ ਬਹੁਤ ਵਧੀਆ ਰਿਸ਼ਤੇ ਹੁੰਦੇ ਨੇ, ਜਿਹੜੇ ਤੁਹਾਡੇ ਔਖੇ ਪਲਾਂ ਵਿੱਚ, ਤੁਸੀਂ ਜਦੋਂ ਤਣਾਓ ਵਿੱਚ ਹੋ ਤਾਂ ਉਹ ਇੱਕ ਜੱਫੀ ਪਿਆਰੀ ਜਿਹੀ ਆ ਆਪਣੇ ਬੱਚੇ ਵੱਲੋਂ ਇੱਕ ਮੱਥੇ ਤੇ ਚੁੰਮਣ, ਸੱਚਮੁੱਚ ਸਕਿੰਟਾਂ ਵਿੱਚ ਉਹ ਕਾਫੂਰ ਹੋ ਜਾਂਦਾ ਜੇ, ਜਿਹੜਾ ਅੰਦਰਲਾ ਤਣਾਓ ਹੁੰਦਾ ਜੇ, ਉਸ ਬਿਲਕੁਲ ਤੇ ਆਪਣੇ ਨਾਲ ਖਿੜਖਿੜਾ ਕੇ ਹੱਸੋ। ਤੇ ਜੇ ਬੱਚੇ ਵੱਡੇ ਨੇ ਜਾਂ ਪਰਾਂ ਹੋ ਚੁੱਕੇ ਨੇ, ਤਾਂ ਦੋਸਤ ਨਾ ਭੁਲਾਇਓ, ਦੋਸਤਾਂ ਕੋਲ ਜਾਓ, ਜ਼ਰੂਰ ਉਹਨਾਂ ਨਾਲ ਬੇਲੋੜੀਆਂ ਆਪਣੀਆਂ ਗੱਲਾਂ ਪੁਰਾਣੀਆਂ ਯਾਦ ਕਰਕੇ ਹੀ ਹੱਸ ਲਓ। ਸੋ ਇਹ ਅਹਿਮ ਨੁਕਤਾ ਜੇ, ਜਿਹੜਾ ਤੁਹਾਨੂੰ ਲੰਬੀ ਉਮਰ ਦੇ ਜਾਂਦਾ ਜੇ। ਯਾਨੀ ਜਿਹੜੇ ਇਕੱਲੇ ਰਹਿ ਜਾਣ ਉਹ ਛੇਤੀ ਮੌਤ ਦੇ ਮੂੰਹ ਵਿੱਚ ਜਾਂਦੇ ਨੇ, ਪਰ ਜਿਹਨਾਂ ਕੋਲ ਦੋਸਤ ਹੋਣ, ਜਿਹਨਾਂ ਕੋਲ ਟੱਬਰ ਹੋਵੇ, ਉਹ ਲੰਬੀ ਉਮਰ ਭੋਗਦੇ ਨੇ। ਸੋ ਇਹ
ਜ਼ਰੂਰ ਚੇਤੇ ਰੱਖਣ ਦੀ ਗੱਲ ਏ, ਖੋਜ ਦੇ ਉੱਤੇ ਆਧਾਰਿਤ 22 ਸਾਲਾਂ ਦੀ ਖੋਜ ਬਾਅਦ ਲੱਖਾਂ ਲੋਕਾਂ ਤੇ ਕਰਕੇ ਦੇਖੀ ਜਾ ਚੁੱਕੀ, ਅਜ਼ਮਾਈ ਜਾ ਚੁੱਕੀ ਏ ਜੀ ਕਿ ਹੱਸਣਾ ਤੇ ਆਪਣੇ ਦੋਸਤਾਂ ਨਾਲ ਨਿੱਘੇ ਰਿਸ਼ਤੇ ਰੱਖਣੇ, ਜੀ ਟੱਬਰ ਦੇ ਵਿੱਚ ਇੱਕ ਸਾਂਝ ਗੰਢ ਕੇ ਰੱਖਣੀ, ਇਹ ਵਾਕਈ ਬੇਮਿਸਾਲ ਢੰਗ ਜੇ ਇਹੀ ਸਾਨੂੰ ਦੇਖੋ ਫਰਕ ਕਰਦਾ। ਜੇ ਬਿਲਕੁਲ ਜਾਣਤਾ ਦੇ ਵਿੱਚ ਵੀ ਤੁਸੀਂ ਦੇਖੋਗੇ ਉਹ ਸਾਰੇ ਟੱਬਰ ਦੀ ਇੱਕ ਸਾਂਝ ਬਣਾ ਕੇ ਰੱਖਦੇ ਨੇ ਸਾਡੇ ਨੂੰ, ਤੇ ਹਾਂ ਜੀ ਉਡਾਰੀ ਮਾਰ ਜਾਂਦੇ ਨੇ ਫਿਰ ਦੁਬਾਰਾ ਉਸੇ ਤਰ੍ਹਾਂ ਹੀ ਇਕੱਠੇ ਹੁੰਦੇ ਨੇ। ਆਪਣੇ ਉਹ ਚਿੜੀ ਤੇ ਚਿੜਾਈ ਕਿਉਂ ਨਾ ਹੋਣ, ਬਿਲਕੁਲ ਉਂਝ ਹੀ ਬਿਲਕੁਲ ਸਾਡੇ ਨੇ ਕਿ ਅਸੀਂ ਜੇ ਇਸ ਵੇਲੇ ਨਹੀਂ ਬਜ਼ੁਰਗ ਨੇ ਇਕੱਲੇ ਰਹਿ ਗਏ ਨੇ, ਤਾਂ ਜਿਵੇਂ ਵਿਕਸਿਤ ਮੁਲਕਾਂ 'ਚ ਨੇ ਤਾਂ ਇਸ ਵੇਲੇ ਬਜ਼ੁਰਗ ਘਰ ਇਹੋ ਜਿਹੇ ਕਮਿਊਨਿਟੀ ਹੋਮਸ ਬਣ ਚੁੱਕੇ ਜਿੱਥੇ ਇਕੱਲੇ ਬਜ਼ੁਰਗ ਜਾਂਦੇ ਨੇ, ਸੈਰ ਕਰਦੇ ਨੇ, ਖੇਡਦੇ ਨੇ, ਡਾਂਸ ਕਰਦੇ ਨੇ, ਹਾਂ ਜੀ ਹੱਸਦੇ ਨੇ, ਖਿੜਖਿੜਾਉਂਦੇ ਨੇ, ਫਿਰ ਆ ਜਾਂਦੇ ਨੇ ਵਾਪਸ, ਫਿਰ ਬਿਲਕੁਲ ਉੱਥੇ ਅਗਲੇ ਦਿਨ ਜਾਂਦੇ ਨੇ। ਸੋ ਜ਼ਿੰਦਗੀ ਜਿੰਨੀ ਵੀ ਹੈ ਉਹਨੂੰ ਜੀ ਲਈਏ, ਚੁਫੇਰੇ ਝਾਕੀਏ, ਕਿੰਨੀ ਖੂਬਸੂਰਤ ਏ, ਕਿਆ ਸੋਹਣੇ ਅੱਜ ਪੱਤੇ ਨਿਕਲੇ, ਅੱਜ ਫੁੱਲ ਨਵਾਂ ਖਿੜਿਆ, ਇਹੀ ਖੁਸ਼ੀ ਦੇਣ ਲਈ ਬਹੁਤ ਏ ਚਿਹਰੇ ਤੇ, ਹਾਂ ਪਰ ਜੀ ਉਹਨੂੰ ਦੇਖਣ ਲਈ ਉਹ ਸਮਾਂ ਕੱਢੋ ਤਾਂ ਸਹੀ, ਲੰਘਦੇ ਜਾਂਦੇ ਸਿਰਫ ਇਸੇ ਤੇ ਝੂਰਦੇ ਜਾਈਏ। ਗੁਆਂਢੀ ਕੋਲ ਕਾਰ ਵੱਡੀ ਆ ਗਈ, ਉਹਦੀ ਨੂੰਹ ਪੈਸੇ ਵਾਲੀ ਆ ਗਈ, ਉਹ ਆ ਹੀ ਜਾਵੇ, ਅਸੀਂ ਕੀ ਲੈਣਾ, ਬਿਲਕੁਲ ਆਪਣੀ ਜ਼ਿੰਦਗੀ ਤਾਂ ਜੀ ਲਈਏ। ਹਾਂ ਜੀ ਬਿਲਕੁਲ ਬਿਲਕੁਲ ਉਹਦੀ ਕਿਸਮਤ ਉਹਦੇ ਨਾਲ ਤੁਹਾਡੀ ਡੈਸਟੀ ਤੁਹਾਡੇ ਨਾਲ ਬਿਲਕੁਲ, ਪਰ ਉਹਨਾਂ ਦੇ ਘਰਾਂ 'ਚ ਕਿੰਨੀਆਂ ਹੋਰ ਕਿਸਮ ਦੀਆਂ ਚਿੰਤਾਵਾਂ ਨੇ, ਉਸ ਤੋਂ ਸਾਨੂੰ ਭਾਵੇਂ ਨਾ ਅਸੀਂ ਉਸ ਤੋਂ ਜਾਣਦੇ ਹੋਈਏ, ਪਰ ਬਿਲਕੁਲ ਐਵੇਂ ਹੀ ਸਾੜਾ ਪਾਲੀ ਜਾਣ ਦੀ ਤੇ ਐਵੇਂ ਹੀ ਚਿੰਤਾ ਅੰਦਰ ਇਕੱਠੀ ਕਰਨ ਦੀ ਕੋਈ ਲੋੜ ਨਹੀਂ। ਆਪਾਂ ਤਾਂ ਸਿਰਫ ਰਾਤ ਸੌਣ ਤੋਂ ਪਹਿਲਾਂ ਇੰਨਾ ਹੀ ਖਿਆਲ ਕਰ ਲਈਏ ਕਿਸੇ ਦੇ ਚਿਹਰੇ ਤੇ ਮੁਸਕਾਨ ਲਿਆਉਣ ਦਾ ਅਸੀਂ ਕਾਰਨ ਬਣੇ, ਹਾਂ ਜਾਂ ਜੀ ਸਾਰੇ ਦਿਨ 'ਚ ਅਸੀਂ 10 ਮਿੰਟ ਹੱਸ ਸਕੇ, ਨਹੀਂ ਤਾਂ ਭਾਈ ਫਿਰ ਉਹ ਕੰਮ ਪੂਰਾ ਕਰੋ, ਛੱਡ ਦਿਓ, ਆਸ-ਪਾਸ ਕੀ ਵਾਪਰਦਾ ਜੇ। ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਸਮਝਣ ਦੀ ਹੈ ਇਸ ਜ਼ਿੰਦਗੀ ਦੇ ਵਿੱਚ ਕਿ ਜ਼ਿੰਦਗੀ ਦੀ ਡੋਰ ਮਾਲਕ ਦੇ ਹੱਥ ਹੈ। ਅਸੀਂ ਐਵੇਂ ਹੀ ਆਹ ਵੀ ਇਕੱਠਾ ਕਰ ਲਈਏ, ਆਹ ਕਰਨਾ ਮੈਂ ਉਹਦੇ ਬਰਾਬਰ ਜਾਣਾ, ਇਹੋ ਜੀਆਂ ਉਲਝਣਾਂ ਦੇ ਵਿੱਚ ਲਾਲਚਾਂ ਦੇ ਵਿੱਚ ਉਲਝਦੇ ਹੋਏ ਆਪਦੀ ਜ਼ਿੰਦਗੀ ਇੰਨੀ ਖੂਬਸੂਰਤ ਹੈ ਜਿਹੜੀ ਤੁਸੀਂ ਵੀ ਕਿਹਾ ਕਿ ਉਹਨੂੰ ਜਿਉਣਾ ਹੀ ਭੁੱਲ ਜਾਂਦੇ ਹਾਂ। ਸੋ ਇੱਕ ਨਿੱਕਾ ਜਿਹਾ ਨੁਕਤਾ ਸਮਝਣ ਦੀ ਲੋੜ ਹੈ, ਸਾਰੀਆਂ ਬਿਮਾਰੀਆਂ ਆਪਣੇ ਆਪ ਦੂਰ ਹੋ ਜਾਣਗੀਆਂ।